ਚਮਾਰਾਂ ਦੇ ਗੱਭਰੂ ਬੜੇ ਸੋਹਣੇ ਲਾ ਉਹਨਾਂ ਯਾਰੀਆਂ ਲਾ ਉਹ ਚਮਾਰਾਂ ਦੇ ਮੁੰਡੇ ਬੜੇ ਸੋਹਣੇ 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 ਵਾਹ ਜੀ ਵਾਹ ਉੱਚੇ ਲੰਮੇ ਗੱਭਰੂ ਜਵਾਨ ਚੰਡੇ ਗੱਡੇ ਪੂਰੀ ਦੁਨੀਆ ਦੇ ਵਿੱਚ ਨਾ ਯਾਰੀ ਚਮਾਰਾ ਨਾ ਚਮਾਰ ਪੁੱਤ ਨੇ ਦਿਲਾਂ ਦੇ ਸਾਨ ਵਈ ਚਮਾਰ ਪੁੱਤ ਨੇ ਦਿਲਾਂ ਦੇ ਸਾਨ ਵਈ ਜਿੰਦੇ ਪਲ ਵਿੱਚ ਬਾਜੀਆਂ ਪਾ ਇਹਨਾਂ ਵਰਗੇ ਪੁੱਤ ਨਹੀਂ ਜੰਮਣੇ ਇਹਨਾਂ ਵਰਗੇ ਪੁੱਤ ਨਹੀਂ ਜੰਮਣੇ ਚਾਹੇ ਖੋਲੋ ਸਾਰਾ ਜਹਾਂ ਇਹਨਾਂ ਹਿੰਦੁਸਤਾਨ ਆਜ਼ਾਦ ਕਰਾ ਦਿੱਤਾ ਕਰਾ ਦਿੱਤਾ ਕਰਾ ਦਿੱਤਾ ਨਾਲੇ ਲਿਖਿਆ ਦੇਸ਼ ਦਾ ਸੰਵਿਧਾਨ ਵਾਹ ਜੀ ਵਾਹ ਮਾਇਆਵਤੀ ਨੇ ਝੰਡੇ ਗੱਡ ਦਿੱਤੇ ਉਹ ਮਾਇਆਵਤੀ ਨੇ ਝੰਡੇ ਗੱਡ ਦਿੱਤੇ ਬਈ ਗੱਡ ਦਿੱਤੇ ਗੱਡ ਦਿੱਤੇ ਯੂਪੀ ਵਿੱਚ ਦਲੀਆਂ ਹੁਣ ਦਿੱਲੀ ਤੇ ਕਰਨਾ ਏ ਰਾਜ ਜਦੋਂ ਦਿੱਲੀ ਤੇ ਰਾਜ ਅਸੀਂ ਕਰਨਾ ਚਮਾਰਾਂ ਦੇ ਚੱਲਣੇ ਜਹਾਜ਼ ਵਾਹ ਜੀ ਵਾਹ ਜੋ ਬੋਲੇ ਸੋਨ ਰੁਪਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਹਾਂਜੀ ਜੀ ਜੀ ਹਾਂਜੀ ਸਰ ਜੀ ਹਾਂਜੀ ਮਹਾਰਾਜ ਦੱਸੋ ਜੀ ਅੱਜ ਜੀ 25 ਦਸੰਬਰ ਹੈ ਕ੍ਰਿਸਮਿਸ ਹਾਂਜੀ ਯਾਨੀ ਕਿ ਛੁੱਟੀ ਦਾ ਦਿਨ ਹੈ ਤੁਸੀਂ ਅੱਜ ਦਿਨ ਵੀ ਕੰਮ ਕਰ ਰਹੇ ਹੋ ਕੀ ਵਿਚਾਰ ਹੈ ਇਸ ਬਾਰੇ ਇਟਲੀ ਵਿੱਚ ਚਾਹੇ ਹੋਵੇ ਉਹ ਚਾਹੇ ਹੋਵੇ ਕ੍ਰਿਸਮਿਸ ਚਾਹੇ ਹੋਵੇ ਨਵਾਂ ਸਾਲ ਚਾਹੇ ਹੋਵੇ ਦੀਵਾਲੀ ਚਾਹੇ ਹੋਵੇ ਦੁਸਹਿਰਾ ਚਾਹੇ ਹੋਵੇ ਵਿਸਾਖੀ ਚਾਹੇ ਹੋਵੇ ਸੰਗਰਾਂਦ ਇੱਥੇ ਤਾਂ ਕੰਮ ਕਰ ਰਹੇ ਮੈਨੂੰ ਇਸ ਦਾ ਮਤਲਬ ਇਹ ਹੈ ਕਿ ਇਟਲੀ ਦੇ ਇਹ ਜੋ ਡੈਰੀ ਫਾਰਮ ਨੇ ਇਹ ਇੰਡੀਅਨ ਦੇ ਸਿਰ ਤੇ ਚੱਲ ਰਹੇ ਨੇ ਜਿੰਨੇ ਇਟਲੀ ਚ ਡੈਰੀ ਫਾਰਮ 90% ਇੰਡੀਅਨ ਲੋਕ ਗਾਵਾਂ ਚ ਹੁੰਦੇ ਬਿਲਕੁਲ ਇਹਨਾਂ ਦੀ ਪੂਰੀ ਝੰਡੀ ਆ ਤੇ ਤੁਸੀਂ ਆਪਣੇ ਕੰਮ ਬਾਰੇ ਕੋਈ ਹੋਰ ਵਿਚਾਰ ਆਪਣੇ ਕੰਮ ਬਾਰੇ ਕੋਈ ਹੋਰ ਵਿਚਾਰ ਤੁਹਾਡੇ ਕੰਮ ਝੰਡੇ ਕੱਢਿਆ 1,20,000 ਰੁਪਈਆ ਦਾ ਕਮਾਉਂਦੇ ਆ ਬਹੁਤ ਵਧੀਆ ਜੀ ਤੇ ਆਪਣੇ ਕੋਈ ਸ਼ੌਂਕ ਬਾਰੇ ਚਾਨਣਾ ਪਾਉਂਗੇ ਜੀ ਸ਼ੌਂਕ ਸ਼ਾਮ ਨੂੰ ਸ਼ਰਾਬ ਪੀਣ ਦਾ ਸ਼ੌਂਕ ਆ ਸ਼ਵਾਸ ਲਿਖਦੀ ਗਲਾਸੀ ਲੱਗਦੀ ਘਟਿਆ ਸ਼ਰਾਬ ਅਸੀਂ ਪੀਦੀ ਨਹੀਂ ਨਾਲਾ ਪੀਠ ਹੋਵੇ ਚਾਹੇ ਕੱਟੇ ਦਾ ਚਾਹੇ ਬੱਛੇ ਦਾ ਚਾਹੇ ਝੋਟੇ ਦਾ ਚਾਹੇ ਮੱਝ ਦਾ ਚਾਹੇ ਗਾਂ ਦਾ ਚਾਹੇ ਬੱਕਰੀ ਦਾ ਚਾਹੇ ਮੁਰਗੇ ਦਾ ਚਾਹੇ ਸੱਪ ਦਾ ਚਾਹੇ ਸ਼ੇਰ ਦਾ ਚਾਹੇ ਹੋਵੇ ਕਾਲੇ ਘੋੜੇ ਦਾ ਵਾਹ ਜੀ ਵਾਹ ਬਿਲਕੁਲ ਜੀ ਇਸ ਦਾ ਮਤਲਬ ਇਹ ਕਿ ਤੁਸੀਂ ਆਪਣੇ ਸ਼ੌਂਕ ਵੀ ਪੂਰਾ ਕਰ ਰਹੇ ਹੋ ਤੇ ਨਾਲ ਨਾਲ ਕੰਮ ਕਰ ਰਹੇ ਹੋ ਪੂਰਾ ਇੰਜੋਏ ਦੀ ਜ਼ਿੰਦਗੀ ਦਾ ਪੂਰਾ ਇੰਜੋਏ ਕਰ ਰਹੇ ਯਾਰ ਤੇ ਇੱਕ ਗੱਲ ਦਾ ਹੋਰ ਜਵਾਬ ਦਊਂਗੇ ਸਰ ਜੀ ਹਾਂਜੀ ਮਹਾਰਾਜ ਜੀ ਇਹ ਇੰਨਾ ਕੰਮ ਤੁਸੀਂ ਇਕੱਲੇ ਕਰ ਰਹੇ ਹੋ ਕੋਈ ਹੋਰ ਦਿਖ ਨਹੀਂ ਰਿਹਾ ਇਹ ਕਾਲ ਨਹੀਂ ਅੱਜ ਮਹਾਰਾਜ ਕ੍ਰਿਸਮਿਸ ਦਾ ਜਸ਼ਨ ਮਨਾਉਂਦੇ ਆ ਅਸੀਂ ਇਹੀ ਕੰਮ ਕਰਕੇ ਜਸ਼ਨ ਮਨਾਉਂਦੇ ਆ ਇਹ ਜੀ ਘੱਟੋ ਘੱਟ 24 ਤੱਕ ਤੁਸੀਂ ਇਕੱਲੇ ਸੰਭਾਲਦੇ ਹੋ 24 ਕਿ ਮੈਂ 40 ਨੂੰ ਸੰਭਾਲ ਲਵਾਂ ਇਹ ਕਾਲ ਨੇ ਜੋ ਬੰਦੇ ਦੇ ਬਰਾਬਰ ਕੰਮ ਇਕੱਲਾ ਹੀ ਜਮਾਰ ਦਾ ਪੁੱਤ ਕਰਦਾ ਹੈ ਇਹ 307 ਗਾਵਾਂ ਇਕੱਲੇ ਨੇ ਜੋੜੇ 4 ਵਜੇ ਸ਼ੁਰੂ ਕੀਤਾ 7:15 ਵਜੇ ਵਿਹਲੇ ਤੇ ਜਾ ਕੇ ਮਰਦਾ ਰੱਖਿਆ ਮੀਟ ਰੱਖਿਆ ਫੋਰਨ ਜਾ ਕੇ ਫਿਰ ਤੜਕੇ ਲੱਗੇ